ਸਾਡੀ ਧਰਤੀ ਨੂੰ ਬਣਿਆ ਹੋਇਆ ਤਕਰੀਬਨ 4.5 ਖਰਬ ਸਾਲ ਹੋ ਚੁੱਕੇ ਨੇ। ਇਹਨਾਂ 4.5 ਖਰਬ ਸਾਲਾਂ ਦੇ ਵਿੱਚ ਧਰਤੀ ਦੇ ਉੱਤੇ ਬਹੁਤ ਤਰ੍ਹਾਂ ਦੇ ਬਦਲਾਅ ਆਏ ਅਤੇ ਬਹੁਤ ਸਾਰੀਆਂ ਜਾਨਵਰਾਂ ਦੀਆਂ ਨਸਲਾਂ ਇੱਥੋਂ ਬਲੁਪਤ ਹੋ ਗਈਆਂ। ਇਹਨਾਂ ਸਾਰੇ ਵੱਡੇ ਬਦਲਾਵਾਂ ਦੇ ਵਿੱਚੋਂ ਸਭ ਤੋਂ ਵੱਡਾ ਬਦਲਾਅ ਸੀ ਸਾਡੇ ਮਹਾਂਦੀਪਾਂ ਦਾ ਬਣਨਾ। ਇੰਡੀਆ, ਸਾਊਥ ਅਫਰੀਕਾ, ਆਸਟ੍ਰੇਲੀਆ, ਅਫਰੀਕਾ ਤੇ ਅੰਟਾਰਟਿਕਾ ਇਹ ਸਾਰੇ ਇੱਕ ਮਹਾਂਦੀਪ ਦਾ ਹੀ ਹਿੱਸਾ ਸਨ ਤੇ ਅੱਜ ਇੰਡੀਆ ਕਿਵੇਂ ਏਸ਼ੀਆ ਦਾ ਹਿੱਸਾ ਬਣ ਗਿਆ ਤੇ ਇੰਡੀਆ ਹਰ ਸਾਲ ਪਾਣੀ ਦੇ ਥੱਲੇ ਕਿੰਨਾ ਜਾ ਰਿਹਾ ਹੈ, ਅਜਿਹੀ ਰੋਚਕ ਤੱਥ ਜਾਣਨ ਲਈ ਜੁੜੇ ਰਹੋ ਮੇਰੇ ਨਾਲ। ਮੈਂ ਤੁਹਾਡਾ ਹੋ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੋਟ ਟੀਵੀ ਮੀਡੀਆ। ਇਹ ਸਭ ਕੁਝ ਜਾਣਨ ਦੇ ਲਈ ਸਾਨੂੰ ਸਮੇਂ ਦੇ ਵਿੱਚ ਪਿੱਛੇ ਜਾਣਾ ਪਵੇਗਾ। ਲਗਭਗ ਤਕਰੀਬਨ 20 ਕਰੋੜ ਸਾਲ ਪਹਿਲਾਂ ਸਾਡੀ ਧਰਤੀ ਕੁਝ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਸੀ। ਉਸ ਸਮੇਂ ਧਰਤੀ ਦੇ ਸਾਰੇ ਕੰਟੀਨੈਂਟਲ ਜਾਂ ਕਹੀਏ ਮਹਾਦੀਪ ਇੱਕ ਸਨ। ਉਸ ਸਮੇਂ ਨਾ ਕੋਈ ਦੇਸ਼ ਸੀ, ਨਾ ਹੀ ਕੋਈ ਬਾਰਡਰ ਸੀ ਤੇ ਨਾ ਹੀ ਉਸ ਸਮੇਂ ਧਰਤੀ ਉੱਪਰ ਇਨਸਾਨ ਮੌਜੂਦ ਸੀ। ਉਦੋਂ ਜਦੋਂ ਸਾਰੇ ਮਹਾਦੀਪ ਇਕੱਠੇ ਸਨ ਤਾਂ ਇਸ ਪੂਰੇ ਇੱਕ ਮਹਾਦੀਪ ਦਾ ਨਾਮ ਸੀ ਪੈਂਜੀਆ ਤੇ ਇਸ ਦੇ ਚਾਰੇ ਪਾਸੇ ਫੈਲਿਆ ਹੋਇਆ ਸੀ ਇੱਕ ਵਿਸ਼ਾਲ ਜਾਂ ਕਹੀਏ ਵੱਡਾ ਸਮੁੰਦਰ ਜਿਸ ਦਾ ਨਾਮ ਸੀ ਪੈਥਾਲੀਸਾ। ਉਸ ਟਾਈਮ ਧਰਤੀ ਦੇ ਉੱਪਰ ਬਹੁਤ ਜ਼ਿਆਦਾ ਹਰਿਆਲੀ ਸੀ ਤੇ ਇਹ ਉਹ ਸਮਾਂ ਸੀ ਜਦੋਂ ਧਰਤੀ ਦੇ ਉੱਪਰ 3 ਵਾਰ ਜੀਵਨ ਸ਼ੁਰੂ ਹੋ ਕੇ ਉਸ ਦਾ ਅੰਤ ਹੋ ਚੁੱਕਿਆ ਸੀ। ਹੁਣ ਧਰਤੀ ਦੇ ਉੱਪਰ 4ਵੀਂ ਵਾਰ ਜੀਵਨ ਦੀ ਸ਼ੁਰੂਆਤ ਹੋ ਰਹੀ ਸੀ। ਨਵੀਆਂ ਪ੍ਰਜਾਤੀਆਂ ਜਾਂ ਕਹੀਏ ਨਵੀਆਂ ਨਸਲਾਂ ਜਨਮ ਲੈ ਰਹੀਆਂ ਸਨ ਤੇ ਇਹ ਜੁਰਾਸਿਕ ਪੀਰੀਅਡ ਦੀ ਸ਼ੁਰੂਆਤ ਸੀ। ਇਸ ਦੀ ਸ਼ੁਰੂਆਤ ਦੇ ਵਿੱਚ ਹੀ ਜਿਹੜੇ ਸਾਰੇ ਮਹਾਦੀਪ ਇਕੱਠੇ ਸਨ ਜਿਨ੍ਹਾਂ ਦਾ ਨਾਮ ਪੈਂਜੀਆ ਸੀ ਉਸ ਦੇ 2 ਟੁਕੜੇ ਹੋਣੇ ਸ਼ੁਰੂ ਹੋ ਗਏ। ਇਸ ਦੇ 1 ਟੁਕੜੇ ਦਾ ਨਾਮ ਸੀ ਲੋਰੇਸ਼ੀਆ ਜਿਸ ਦੇ ਵਿੱਚ ਏਸ਼ੀਆ, ਯੂਰਪ ਤੇ ਨਾਰਥ ਅਮਰੀਕਾ ਹੈ ਅੱਜ ਦਾ। ਇਸ ਦੇ 2 ਟੁਕੜੇ ਦਾ ਨਾਮ ਸੀ ਗੋਂਡਵਾਨਾ ਜਿਸ ਦੇ ਵਿੱਚ ਅੱਜ ਦਾ ਸਾਊਥ ਅਮਰੀਕਾ, ਅਫਰੀਕਾ, ਇੰਡੀਆ, ਆਸਟ੍ਰੇਲੀਆ ਅਤੇ ਅੰਟਾਰਟਿਕਾ ਹੈ ਤੇ ਇਸ ਦੇ ਵਿਚਕਾਰ ਜਿਹੜਾ ਸਮੁੰਦਰ ਆ ਗਿਆ ਉਸ ਦਾ ਨਾਮ ਸੀ ਡੈਥ ਇਜ਼ ਓਸ਼ੀਅਨ। ਹੁਣ ਤੁਹਾਡੇ ਮਨ ਦੇ ਵਿੱਚ ਵੀ ਇਹ ਸਵਾਲ ਜ਼ਰੂਰ ਆਉਂਦਾ ਹੋਵੇਗਾ ਕਿ ਸਾਨੂੰ ਇਨਸਾਨਾਂ ਨੂੰ ਇਸ ਚੀਜ਼ ਬਾਰੇ ਕਿਵੇਂ ਪਤਾ ਲੱਗ ਗਿਆ ਜਦਕਿ ਉਸ ਟਾਈਮ ਤੇ ਤਾਂ ਇਨਸਾਨ ਮੌਜੂਦ ਹੀ ਨਹੀਂ ਸਨ। ਇਹ ਸਾਰੀ ਚੀਜ਼ ਦਾ ਸਿਰਾ ਜਾਂਦਾ ਹੈ ਐਲਫ੍ਰੈਡ ਬੈਗਨਾਰ ਨੂੰ। ਇਹਨਾਂ ਨੇ ਹੀ ਪੈਂਜੀਆ ਥਿਊਰੀ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਸੀ। ਸਨ 1912 ਦੇ ਵਿੱਚ ਇਹ ਦੁਨੀਆ ਦੇ ਬਹੁਤ ਮਸ਼ਹੂਰ ਜੀਓਲੋਜਿਸਟ ਸਨ। ਜਿਵੇਂ ਕਿ ਦੁਨੀਆ ਦਾ ਅਸੂਲ ਹੀ ਹੈ ਕਿ ਉਹਨਾਂ ਨੂੰ ਹਰੇਕ ਨਵੀਂ ਚੀਜ਼ ਗਲਤ ਲੱਗਦੀ ਹੈ, ਇਸ ਕਰਕੇ ਇਹਨਾਂ ਦੀ ਥਿਊਰੀ ਨੂੰ ਵੀ ਪਹਿਲਾਂ ਸਾਰਿਆਂ ਨੇ ਗਲਤ ਹੀ ਦੱਸਿਆ ਸੀ। ਇਸ ਤੋਂ ਬਾਅਦ ਕਾਫੀ ਜ਼ਿਆਦਾ ਐਕਸਪਰਟ ਅਤੇ ਸਾਇੰਸਦਾਨਾਂ ਨੇ ਇਸ ਥਿਊਰੀ ਦੇ ਉੱਪਰ ਰਿਸਰਚ ਕੀਤੀ ਅਤੇ ਐਕਸਪੈਰੀਮੈਂਟ ਕੀਤੇ ਤੇ ਆਖਰ ਨੂੰ ਉਹਨਾਂ ਨੂੰ ਵੀ ਮੰਨਣਾ ਪਿਆ ਕਿ ਪੈਂਜੀਆ ਥਿਊਰੀ ਬਿਲਕੁਲ ਸੱਚ ਹੈ। ਐਲਫ੍ਰੈਡ ਬੈਗਨਾਰ ਨੇ ਕਾਫੀ ਚੀਜ਼ਾਂ ਦੇ ਉੱਪਰ ਰਿਸਰਚ ਕੀਤੀ ਸੀ, ਜਿਵੇਂ ਕਿ ਮੈਥਾਥੋਰਸ ਜਿਹੜਾ ਕਿ ਪਾਣੀ ਦੇ ਵਿੱਚ ਰਹਿਣ ਵਾਲਾ ਇੱਕ ਜੀਵ ਸੀ ਜਿਸ ਨੂੰ ਅੱਜ ਦੇ ਸੱਪਾਂ ਦਾ ਆਪਾਂ ਪੜ ਦਾਦਾ ਵੀ ਕਹਿ ਸਕਦੇ ਹਾਂ। ਇਸ ਦੇ ਫੋਸਲ ਜਾਂ ਕਹੀਏ ਅਵਸ਼ੇਸ਼ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਮਿਲਦੇ ਹਨ ਸਾਊਥ ਅਮਰੀਕਾ ਅਤੇ ਅਫਰੀਕਾ ਦੇ ਵਿੱਚ। ਸਾਊਥ ਅਮਰੀਕਾ ਅਤੇ ਅਫਰੀਕਾ ਦੇ ਵਿਚਕਾਰ ਪੈਂਦਾ ਹੈ ਬਹੁਤ ਲੰਬਾ ਵਿਸ਼ਾਲ ਐਟਲਾਂਟਿਕ ਓਸ਼ਨ ਜਿਸ ਨੂੰ ਇਹ ਮੈਥਾਸੌਰਸ 7 ਜਨਮਾਂ ਦੇ ਵਿੱਚ ਵੀ ਪਾਰ ਨਹੀਂ ਕਰ ਸਕਦਾ ਸੀ। ਇਹ ਗੱਲ ਇੱਥੇ ਹੀ ਸਾਫ਼ ਹੋ ਜਾਂਦੀ ਹੈ ਕਿ ਉਹ ਜ਼ਮਾਨੇ ਦੇ ਵਿੱਚ ਇਹ ਦੋਨੇ ਮਹਾਦੀਪ ਆਪਸ ਦੇ ਵਿੱਚ ਜੁੜੇ ਹੁੰਦੇ ਸਨ ਤੇ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਇਹ ਦੋਨੇ ਮਹਾਦੀਪ ਅੱਡ ਹੋ ਗਏ। ਇਸ ਕਰਕੇ ਸਾਨੂੰ ਇਸ ਜੀਵ ਦੇ ਅਵਸ਼ੇਸ਼ ਇਹਨਾਂ ਦੋਨੇ ਦੇਸ਼ਾਂ ਦੇ ਵਿੱਚ ਹੀ ਮਿਲਦੇ ਨੇ। ਬ੍ਰਾਜ਼ੀਲ ਦੇ ਸਮੁੰਦਰੀ ਕਿਨਾਰਿਆਂ ਤੇ ਪਾਏ ਜਾਣ ਵਾਲੇ ਪੱਥਰ ਮਿਲਦੇ ਨੇ ਵੈਸਟ ਅਫਰੀਕਾ ਦੇ ਪੱਥਰਾਂ ਦੇ ਨਾਲ, ਜਿਵੇਂ ਕਿ ਗਲੋਸੋਪੋਟਰਸ ਜਿਹੜੀ ਕਿ ਬਲੁਪਤ ਹੋ ਚੁੱਕੀ ਜਾਂ ਕਹੀਏ ਮਿਟ ਚੁੱਕੀ ਪੌਦਿਆਂ ਦੀ ਇੱਕ ਨਸਲ ਹੈ, ਤੇ ਲਿਸਟੋਰਸ ਜਿਹੜਾ ਕਿ ਇੱਕ ਘਾਹ ਫੂਸ ਖਾਣ ਵਾਲਾ ਜਾਨਵਰ ਸੀ, ਤੇ ਹਾਰਡਸ਼ੈਲ ਟ੍ਰੇਲੋਬਾਈਟ। ਇੰਡੀਆ, ਸਾਊਥ ਅਮਰੀਕਾ, ਅਫਰੀਕਾ ਅਤੇ ਅੰਟਾਰਟਿਕਾ ਦੇ ਵਿੱਚ ਅੱਜ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਫੋਸਲ ਮਿਲਦੇ ਨੇ। ਇਹਨਾਂ ਸਾਰੀਆਂ ਚੀਜ਼ਾਂ ਦਾ ਮਿਲਣਾ ਇਸ ਚੀਜ਼ ਨੂੰ ਸਾਬਤ ਕਰਦਾ ਹੈ ਕਿ ਪੈਂਜੀਆ ਥਿਊਰੀ ਬਿਲਕੁਲ ਸੱਚ ਹੈ। ਜਿਵੇਂ ਤੁਸੀਂ ਧਰਤੀ ਦੇ ਨਕਸ਼ੇ ਨੂੰ ਧਿਆਨ ਦੇ ਨਾਲ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਕਿ ਇਦਾਂ ਲੱਗਦਾ ਹੈ ਕਿ ਜਿਵੇਂ ਹਰ ਇੱਕ ਦੇਸ਼ ਇੱਕ ਦੂਜੇ ਦੇਸ਼ ਦੇ ਵਿੱਚੋਂ ਨਿਕਲਿਆ ਹੋਵੇ। ਹੁਣ ਤੁਹਾਡੇ ਸਾਰਿਆਂ ਦੇ ਮਨ ਦੇ ਵਿੱਚ ਇਹ ਸਵਾਲ ਹੋਵੇਗਾ ਕਿ ਇਹ ਸਾਰੇ ਮਹਾਦੀਪ ਆਖਰ ਅੱਡ ਕਿਵੇਂ ਹੋ ਗਏ। ਇਹਨਾਂ ਦਾ ਕਾਰਨ ਸੀ ਧਰਤੀ ਦੀਆਂ ਟਿਕਟੋਨਿਕ ਪਲੇਟਾਂ ਦਾ ਖਿਸਕਣਾ ਤੇ ਅੱਡ ਹੋਣਾ। ਇਸ ਤਰ੍ਹਾਂ ਹੀ ਪੈਂਜੀਆ ਹੌਲੀ ਹੌਲੀ ਪਹਿਲਾਂ ਲੋਰੇਸ਼ੀਆ ਤੇ ਗੋਦਵਾਨਾ ਦੇ ਵਿੱਚ ਵੰਡਿਆ ਗਿਆ। ਹੁਣ ਸਾਨੂੰ ਜਦੋਂ ਇਹ ਪਤਾ ਲੱਗ ਗਿਆ ਹੈ ਕਿ ਪੈਂਜੀਆ ਤੋਂ ਗੋਦਵਾਨਾ ਅਤੇ ਲੋਰੇਸ਼ੀਆ ਬਣੇ ਸਨ, ਗੋਦਵਾਨਾ ਤੋਂ ਇੰਡੀਆ ਕਿਵੇਂ ਅੱਡ ਹੋਇਆ ਇਹ ਜਾਣਨ ਦੇ ਲਈ ਸਾਨੂੰ ਜਾਣਾ ਪਵੇਗਾ 14 ਕਰੋੜ ਸਾਲ ਪਹਿਲਾਂ। ਇਹ ਦੇਖੋ ਇੰਡੀਆ ਦੀ ਮੂਵਮੈਂਟ ਉਸ ਸਮੇਂ ਦੇ ਵਿੱਚ। ਉਦੋਂ ਇੰਡੀਆ ਹਰ ਇੱਕ ਸਾਲ ਦੇ ਵਿੱਚ 20 ਸੈਂਟੀਮੀਟਰ ਅੱਗੇ ਵੱਧ ਰਿਹਾ ਸੀ ਤੇ ਉਹ ਏਸ਼ੀਆ ਦੀ ਪਲੇਟ ਦੇ ਥੱਲੇ ਨੂੰ ਵੜਦਾ ਜਾ ਰਿਹਾ ਸੀ। ਹਨ 2000 ਤੋਂ ਲੈ ਕੇ 2010 ਤੱਕ ਇੰਡੀਆ ਤੇ ਜਰਮਨ ਦੇ ਸਾਇੰਟਿਸਟਾਂ ਨੇ ਕਈ ਸਾਰੇ ਐਕਸਪੈਰੀਮੈਂਟ ਕੀਤੇ। ਉਹਨਾਂ ਨੇ ਐਕਸਪੈਰੀਮੈਂਟ ਦੇ ਵਿੱਚ ਇਹ ਚੀਜ਼ ਨੂੰ ਸਾਬਤ ਕੀਤਾ ਕਿ ਇੰਡੀਆ ਦੀ ਜਿਹੜੀਆਂ ਟੈਕਟੋਨਿਕ ਪਲੇਟਾਂ ਨੇ ਉਹ ਇੰਡੀਆ ਤੋਂ ਸਿਰਫ 100 ਕਿਲੋਮੀਟਰ ਥੱਲੇ ਨੇ, ਜਦਕਿ ਦੂਜੇ ਦੇਸ਼ਾਂ ਦੀ ਟੈਕਟੋਨਿਕ ਪਲੇਟਾਂ 150 ਤੋਂ 300 ਕਿਲੋਮੀਟਰ ਧਰਤੀ ਦੇ ਥੱਲੇ ਨੇ। ਇਸ ਕਰਕੇ ਇੰਡੀਆ ਹਲਕਾ ਹੋਣ ਕਰਕੇ ਬਹੁਤ ਤੇਜ਼ੀ ਦੇ ਨਾਲ ਅੱਗੇ ਨੂੰ ਵੱਧਦਾ ਗਿਆ ਤੇ ਅੱਗੇ ਜਾ ਕੇ ਇਹ ਏਸ਼ੀਆ ਦੀ ਟੈਕਟੋਨਿਕ ਪਲੇਟਾਂ ਦੇ ਨਾਲ ਟਕਰਾ ਗਿਆ ਤੇ ਇਸ ਟਕਰਾਅ ਦੇ ਕਾਰਨ ਹੀ ਪੈਦਾ ਹੋਇਆ ਸੀ ਹਿਮਾਲਿਆ, ਜਿਹੜਾ ਕਿ ਅੱਜ ਦੁਨੀਆ ਦਾ ਸਭ ਤੋਂ ਉੱਚਾ ਪਰਬਤ ਹੈ। ਜਿਵੇਂ ਹੀ ਇੰਡੀਅਨ ਟੈਕਟੋਨਿਕ ਪਲੇਟਾਂ ਏਸ਼ੀਅਨ ਟੈਕਟੋਨਿਕ ਪਲੇਟਾਂ ਦੇ ਥੱਲੇ ਜਾ ਰਹੀਆਂ ਨੇ, ਉਸੇ ਤਰ੍ਹਾਂ ਹੀ ਸਾਡੇ ਪਹਾੜ ਹੋਰ ਉੱਚੇ ਹੁੰਦੇ ਜਾ ਰਹੇ ਨੇ। ਇਹੀ ਇੰਡੀਅਨ ਟੈਕਟੋਨਿਕ ਪਲੇਟਾਂ ਕਾਰਨ ਬਣਦੀਆਂ ਨੇ ਨੇਪਾਲ ਦੇ ਵਿੱਚ ਆਉਣ ਵਾਲੇ ਭੂਚਾਲ ਦਾ। ਜਦੋਂ ਇੰਡੀਅਨ ਟੈਕਟੋਨਿਕ ਪਲੇਟਾਂ ਏਸ਼ੀਅਨ ਟੈਕਟੋਨਿਕ ਪਲੇਟਾਂ ਵੱਲ ਵੱਧ ਰਹੀਆਂ ਸਨ ਉਸ ਸਮੇਂ ਧਰਤੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਸੀ। ਚਾਰੇ ਪਾਸੇ ਤਬਾਹੀ ਮੱਚੀ ਹੋਈ ਸੀ ਤੇ ਅਸਮਾਨ ਦੇ ਵਿੱਚੋਂ ਅੱਗ
ਵਰਸ ਰਹੀ ਸੀ ਤੇ ਪੂਰੀ ਰਾਖ ਨੇ ਜਾਂ ਕਹੀਏ ਸਵਾਹ ਨੇ ਇਸ ਧਰਤੀ ਨੂੰ ਢਕਿਆ ਹੋਇਆ ਸੀ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਕਾਰਨ ਸੀ ਚੈਕਸਲੂਕ ਐਸਟਰੋਇਡ 8 ਕਰੋੜ ਸਾਲ ਪਹਿਲਾਂ ਧਰਤੀ ਦੇ ਨਾਲ ਟਕਰਾਉਣ ਵਾਲਾ ਇਹ ਐਸਟਰੋਇਡ ਧਰਤੀ ਦੇ ਉੱਪਰ ਡਾਇਨਾਸੌਰਾਂ ਦਾ ਅੰਤ ਲੈ ਕੇ ਆਇਆ ਸੀ ਤੇ ਇਸ ਐਸਟਰੋਇਡ ਨੇ ਧਰਤੀ ਦੇ ਉੱਪਰ ਮੌਜੂਦ 75% ਜੀਵਨ ਨੂੰ ਖਤਮ ਕਰ ਦਿੱਤਾ ਸੀ ਇਹ ਤਬਾਹੀ ਕੁਝ ਦਿਨ ਮਹੀਨੇ ਜਾਂ ਸਾਲ ਨਹੀਂ ਬਲਕਿ ਲੱਖਾਂ ਸਾਲਾਂ ਤੱਕ ਲਗਾਤਾਰ ਹੁੰਦੀ ਰਹੀ ਇਸ ਤਰ੍ਹਾਂ ਡਾਇਨਾਸੌਰ ਦਾ ਅੰਤ ਹੋਇਆ ਤੇ ਇਨਸਾਨੀ ਜੀਵਨ ਦੀ ਸ਼ੁਰੂਆਤ ਹੋਈ ਅਸੀਂ ਪੈਂਜੀਆ ਦਾ ਅੰਤ ਵੀ ਦੇਖ ਲਿਆ ਡਾਇਨਾਸੌਰ ਦਾ ਅੰਤ ਵੀ ਦੇਖ ਲਿਆ ਤੇ ਆਪਾਂ ਇਹ ਵੀ ਜਾਣ ਲਿਆ ਕਿ ਇੰਡੀਆ ਏਸ਼ੀਆ ਦੇ ਨਾਲ ਕਿੱਦਾਂ ਮਿਲਿਆ ਹੁਣ ਆਪਾਂ ਜਾਣਦੇ ਹਾਂ ਕਿ ਹਿਮਾਲਿਆ ਪਰਬਤ ਕਿਵੇਂ ਬਣੇ ਆ ਇੰਡੀਆ ਦੇ ਟੈਕਟੋਨਿਕ ਪਲੇਟਾਂ ਟਕਰਾਉਣ ਦੇ ਨਾਲ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਹਿਮਾਲਿਆ ਪਰਬਤ ਬਣ ਰਹੇ ਨੇ ਹਿਮਾਲਿਆ ਪਰਬਤ ਨੂੰ ਬਣਨ ਦੇ ਲਈ ਵੀ ਲੱਖਾਂ ਸਾਲ ਲੱਗ ਗਏ ਸਨ ਤੇ ਅੱਜ ਦੇ ਸਮੇਂ ਹਿਮਾਲਿਆ ਪੂਰੀ ਦੁਨੀਆ ਦੀ 22% ਆਬਾਦੀ ਨੂੰ ਪਾਣੀ ਦਿੰਦਾ ਹੈ ਤੇ ਇਸ ਨੇ ਸਾਨੂੰ ਦਿੱਤਾ ਹੈ ਦੁਨੀਆ ਦਾ ਸਭ ਤੋਂ ਵੱਡਾ ਪਹਾੜ ਜਾਨੀ ਕਿ ਮਾਊਂਟ ਐਵਰੈਸਟ ਜਦੋਂ ਇੰਡੀਆ ਏਸ਼ੀਆ ਦੇ ਨਾਲ ਟਕਰਾ ਰਿਹਾ ਸੀ ਤਾਂ ਇੰਡੀਆ ਦੀ ਥੱਲੇ ਵਾਲੀ ਸਤਾ ਏਸ਼ੀਆ ਦੀ ਥੱਲੇ ਵਾਲੀ ਸਤਾ ਦੇ ਥੱਲੇ ਜਾਣ ਲੱਗੀ ਤੇ ਉੱਪਰ ਵਾਲੀ ਇੰਡੀਆ ਦੀ ਪਰਤ ਏਸ਼ੀਆ ਦੀ ਉੱਪਰ ਵਾਲੀ ਪਰਤ ਦੇ ਉੱਪਰ ਚੜਨ ਲੱਗੀ ਇਸ ਦੇ ਕਾਰਨ ਹੀ ਇਹ ਉੱਪਰ ਵਾਲੀ ਪਲੇਟ ਦੇ ਉੱਪਰ ਦੋ ਪਰਬਤ ਬਣ ਗਏ ਤੇ ਇਹ ਸਾਰੀ ਤਬਾਹੀ ਤੋਂ ਬਾਅਦ ਹੀ ਧਰਤੀ ਦੇ ਉੱਪਰ ਜੀਵਨ ਦੀ ਫਿਰ ਤੋਂ ਸ਼ੁਰੂਆਤ ਹੋਈ ਤੇ ਇੱਥੇ ਐਲਫ੍ਰੈਡ ਨੇ ਇਹ ਵੀ ਚੀਜ਼ ਕਲੀਅਰ ਕੀਤੀ ਹੈ ਕਿ ਅੱਜ ਤੋਂ 25 ਕਰੋੜ ਸਾਲ ਬਾਅਦ ਧਰਤੀ ਦੇ ਉੱਪਰ ਫਿਰ ਤੋਂ ਪੈਂਜੀਆ ਬਣੇਗਾ ਤੇ ਸਾਰੇ ਮਹਾਦੀਪ ਫਿਰ ਤੋਂ ਇਕੱਠੇ ਹੋ ਜਾਣਗੇ ਇਹ ਸੀ ਜੀ ਇੰਡੀਆ ਕਿਵੇਂ ਹੋਂਦ ਦੇ ਵਿੱਚ ਆਇਆ ਤੇ ਸਾਡੇ ਮਹਾਦੀਪ ਕਿਵੇਂ ਅੱਡ ਹੋ ਗਏ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਧੰਨਵਾਦ।